ਦੇਖੋ ਸਾਡੇ ਇਲਾਕੇ ਵਿੱਚ ਹਾਹਾਕਾਰ ਮਚੀ ਹੋਈ ਹੈ, 8-8 ਫੁੱਟ ਪਾਣੀ ਫਿਰ ਰਿਹਾ, ਸਤਲੁਜ ਦਾ ਪਹਿਲਾਂ ਆਹ ਘੱਗਰ ਦਰਿਆ, ਅਤੇ ਲੋਕ ਕਿਸ ਤਰ੍ਹਾਂ ਸਮਾਂ ਕਈ ਵਾਰੀ ਭੁੱਲ ਜਾਂਦਾ ਵੀ ਰੱਬ ਕਿੱਥੇ ਆ, ਉਹ ਕਈ ਵਾਰੀ ਫਿਰ ਦੱਸਦਾ ਵੀ ਹੈਗਾ ਮੈਂ। ਇਹੋ ਜਿਹਾ ਵਾਤਾਵਰਨ, ਪਰ ਸੰਗਤ ਦਾ ਮੈਂ ਬਹੁਤ ਧੰਨਵਾਦ ਕਰਦਾ, ਤੁਹਾਡੇ ਵੀ, ਬਾਕੀ ਪੰਜਾਬ ਪਰ ਦੂਰੋਂ ਦੂਰੋਂ ਰਾਸ਼ਨ ਦੀ, ਦਵਾਈਆਂ ਦੀ, ਜਾਂ ਬੇਜਵਾਨੇ ਜਿਹੜੇ ਪਸ਼ੂ ਆ ਉਹਨਾਂ ਦੇ ਨੀਰੇ ਚਾਰੇ ਲਈ, ਅਤੇ ਸੰਤ ਸਮਾਜ ਸਭ ਤੋਂ ਅੱਗੇ ਹੋ ਕੇ ਪਹਿਲਕਦਮੀ ਕਰ ਰਿਹਾ। ਜਦੋਂ ਵੀ ਕੋਈ ਲੋੜ ਪੈਂਦੀ ਹੈ, ਦਸਵੇਂ ਗ੍ਰੰਥ ਵੀ ਲਿਖਿਆ ਨਾ, ਸਮੇਂ ਅੰਤ ਪਰ ਹੋਤ ਸਹਾਈ, ਤਾਂ ਤੇ ਸੰਖਿਆ ਸੰਤ ਬਤਾਈ। ਜਿਹੜਾ ਔਖੇ ਸਮੇਂ ਵਿੱਚ ਸਹਾਇਤਾ ਕਰਦਾ ਉਹਦੀ ਗਿਣਤੀ ਸੰਤਾਂ ਵਿੱਚ ਹੈ, ਅਤੇ ਸੰਤ ਮਹਾਂਪੁਰਖ ਹਰ ਪਾਸੇ ਪਹਿਲਕਦਮੀ ਕਰਦੇ ਆ। ਸੰਗਤ ਦਾ ਧੰਨਵਾਦ, ਅਤੇ ਜਿਹੜੇ ਇਸ ਵੇਲੇ ਵੱਡੇ ਵੱਡੇ ਹੁਕਮਰਾਨ ਆ ਉਹਨਾਂ ਦਾ ਕੋਈ ਬਿਆਨ ਤੱਕ ਵੀ ਨਹੀਂ ਆਇਆ। ਮਦਦ ਲਈ ਕੀ ਪਹੁੰਚਣਾ, ਇੱਕ ਲੀਡਰ ਮਰ ਗਿਆ, ਸਾਰੀਆਂ ਅਖਬਾਰਾਂ ਭਰੀਆਂ ਪਈਆਂ ਉਹਦੇ ਅਫਸੋਸ, ਅਤੇ ਸਿੱਖ ਕੌਮ ਦੇ ਉੱਤੇ ਇਤਨਾ ਸੰਕਟ ਦੀ ਘੜੀ ਬੀਤ ਰਹੀ ਹੈ, ਬਾਰਡਰਾਂ 'ਤੇ ਸਾਡੇ ਨੌਜਵਾਨ ਰੋਜ਼ ਲਾਸ਼ਾਂ ਆ ਰਹੀਆਂ, ਜਿੰਨੀਆਂ ਲੜਾਈਆਂ ਜਿੱਤੀਆਂ ਸਾਡੇ ਸਿੱਖ ਜਰਨੈਲਾਂ ਨੇ ਜਿੱਤੀਆਂ, ਚਾਹੇ ਚੀਨ ਦੀ ਸਰਦਾਰ ਬਿਕਰਮ ਸਿੰਘ, ਅਰਜਨ ਸਿੰਘ, ਏਅਰ ਮਾਰਸ਼ਲ ਜਨਰਲ ਸੁਵੇਗ ਸਿੰਘ, ਜਗਜੀਤ ਸਿੰਘ ਅਰੋੜਾ, ਪਰ ਜਦੋਂ ਕੋਈ ਸਾਡੇ 'ਤੇ ਭਾਵੀ ਬਣਦੀ ਹੈ ਤਾਂ ਸਾਡੇ ਵਾਸਤੇ ਹਾਂ ਦਾ ਨਾਰਾ ਮਾਰਨ ਲਈ ਕੋਈ ਤਿਆਰ ਨਹੀਂ। ਉਹ ਸਾਧ ਸੰਗਤ ਜੀ ਕਹਿੰਦੇ, ਹਮ ਆਹ ਵੀ ਪਰਤੇ ਹਾਂ, ਹੋ ਜਾਤੇ ਹਾਂ ਬਦਨਾਮ, ਵੋ ਕਤਲ ਵੀ ਕਰਤੇ ਹੈ, ਉਨਕੀ ਚਰਚਾ ਨਹੀਂ ਹੋਤੀ। ਉਹ ਕਤਲ ਵੀ ਕਰਦੇ ਆ, ਉਹਨਾਂ ਦੀ ਕੋਈ ਗੱਲ ਨਹੀਂ, ਅਸੀਂ ਕਿਸੇ ਨਾ ਹਾਂ ਦਾ ਨਾਰਾ ਵੀ ਮਾਰਦੇ ਹਾਂ ਅਤੇ ਸਿੱਖਾਂ ਦੀ ਉਸੇ ਵੇ ਗੱਲ ਤੁਰ ਪੈਂਦੀ ਹੈ। ਅੱਜ ਇੰਨੀ ਸੰਕਟ ਦੀ ਘਟੀ ਹੈ, ਪਰਲੋ ਵਰਤ ਰਹੀ ਹੈ, ਕਿਸੇ ਚੌਧਰੀ ਦਾ ਬਿਆਨ ਤੱਕ ਨਹੀਂ ਆਇਆ, ਬੜੀ ਦੁੱਖ ਦੀ ਗੱਲ ਹੈ। ਸੋ ਇਸ ਕਰਕੇ ਸਾਧ ਸਾਈਂ ਸਤਿਗੁਰ ਸੱਚੇ ਪਾਤਸ਼ਾਹ ਸਮਤ ਬਖਸ਼ੇ, ਪਰ ਮਹਾਰਾਜ ਨੇ ਆਪਣੇ ਪੰਥ ਵਿੱਚ ਇੰਨੀ ਕਲਾ ਰੱਖੀ ਹੈ, ਇਹਨੂੰ ਸਮਰੱਥ ਬਣਾਇਆ ਔਰ ਸਮਰੱਥ ਹੀ ਰਹੇਗਾ। ਇਹਨੂੰ ਖਤਮ ਕਰਨ ਵਾਸਤੇ ਬੜੀਆਂ ਗੁੰਦਾਂ, ਬੜੀਆਂ ਚਾਲਾਂ ਚੱਲੀਆਂ ਜਾ ਰਹੀਆਂ, ਪਰ ਇਹ ਜਿਹੜਾ ਖਾਲਸਾ ਨਾ ਅਸਰ ਸੰਘਾਰ ਵੇਖੋ ਔਰ ਸੰਤਨ ਅਵਾਰ ਵੇਖੋ, ਖਾਲਸਾ ਬਣਾਇਆ ਦੁਸ਼ਟਾਂ ਅਸੁਰਾਂ ਦਾ ਨਾਸ਼ ਕਰਨ ਲਈ, ਸੰਤਨ ਅਵਾਰ ਵੇਖੋ, ਇਹ ਖਾਲਸਾ ਬਣਾਇਆ। ਸੋ ਇਸ ਕਰਕੇ ਪਿਆਰੀ ਸਾਧ ਸੰਗਤ ਜੀ, ਇਹ ਰਾਜ ਰਿਸ਼ੀ ਮਹਾਂਪੁਰਖਾਂ ਦਾ ਅਸਥਾਨ ਆ, ਰਾਜ ਵੀ ਅਤੇ ਰਿਸ਼ੀ ਵੀ, ਇਹ ਮਹਾਂਪੁਰਖਾਂ ਦਾ। ਸੋ ਸੱਚੇ ਪਾਤਸ਼ਾਹ ਨੇ ਬੜੀ ਕਿਰਪਾ ਕੀਤੀ ਹੈ, ਕਿਉਂਕਿ ਉੱਥੇ ਜਲ ਥਲਿਆ ਅਤੇ ਬਾਬਾ ਜੀ ਦਾ ਵੀ ਫੋਨ ਆਇਆ ਕਿ ਹੁਣ ਇੰਨੇ ਦੁੱਖ ਸੰਗਤ ਨੂੰ ਛੱਡ ਕੇ ਆਉਣਾ, ਚਿੱਤ ਵੀ ਨਹੀਂ ਕਰਦਾ ਕਿ ਸਮਾਂ ਇਸ ਤਰ੍ਹਾਂ ਦਾ ਹੈ। ਬਾਬਾ ਜੀ ਕਹਿੰਦੇ ਵੀ ਮਦਦ, ਬਾਬਾ ਜੀ ਬੈਠੇ ਆ ਟਕਸਾਲ, ਮੈਂ ਕਿਹਾ ਤੁਹਾਡੇ ਸੇਵਾਦਾਰ ਬੈਠੇ ਹਾਂ, ਤੁਸੀਂ ਪ੍ਰਚਾਰ ਕਰੋ, ਤਗੜੇ ਹੋ ਕੇ ਮਹਾਰਾਜ ਦਾ ਦਿਨ ਮਨਾਓ, ਆਪਾਂ ਕੋਈ ਵੰਡਿਆ ਤਾਂ ਹੈ ਨਹੀਂ, ਸਾਰਾ ਸਾਂਝਾ ਹੀ ਆ। ਸੋ ਇਸ ਕਰਕੇ ਸੱਚੇ ਪਾਤਸ਼ਾਹ ਕਿਰਪਾ ਕਰਨ, ਕਿੱਥੇ 550 ਸਾਲੇ ਦਾ ਉਤਸ਼ਾਹ ਸੀ, ਕਿੱਥੇ ਆ ਸਮਾਂ ਬਣਿਆ ਕਿ ਕਿਸ ਤਰ੍ਹਾਂ 18,000 ਬੰਦਾ ਤਾਂ ਕੋਠਿਆਂ 'ਤੇ ਬੈਠਾ, ਪਸ਼ੂ ਵੀ ਉੱਤੇ ਚੜ੍ਹਾ ਕੇ ਬੈਠੇ, ਆਹ ਫਸਲ ਵੀ ਗਈ, ਅਗਲੀ ਦੀ ਕੋਈ ਆਸ ਨਹੀਂ, ਅਤੇ ਜਿਹੜੀਆਂ ਸੰਗਤਾਂ ਟੋਕਰੀਆਂ ਢੋ ਢੋ ਕੇ ਤਨ ਮਨ ਧਨ ਨਾ ਸਰਾਵਾਂ ਦੂਜਾ ਤੀਜਾ ਸੇਵਾ ਕਰਦੀਆਂ ਸੀ, ਪਰ ਜੋ ਨਿਰੰਕਾਰ ਦਾ ਹੁਕਮ ਆ, ਭਾਣਾ ਅਟੱਲ ਹੈ, ਉਹਦੇ ਵਾਸਤੇ ਮਹਾਰਾਜ ਅੱਗੇ
ਸਾਰੇ ਚੌਪੇ ਪੜ੍ਹ ਕੇ ਅਰਦਾਸ ਕਰੋ ਕਿ ਸੱਚੇ ਪਾਤਸ਼ਾਹ ਇਹ ਜਿਹੜਾ ਸੰਕਟ ਆਇਆ ਇਹਦੀ ਨਿਵਰਤੀ ਕਰੋ, ਸਭੇ ਜੀ ਸਮਾਲ ਆਪਣੀ ਮਿਹਰ ਕਰੋ, ਆਪਣੀ ਮਿਹਰ ਕਰੋ, ਉਹ ਤੋਂ ਹੀ ਮੰਗਣਾ ਹੈ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਅਤੇ ਢੀਂਡਸਾ ਸਾਹਿਬ ਤੁਸੀਂ ਥੋੜ੍ਹਾ ਟਾਈਮ ਘੱਟ ਲਾਇਆ ਕਰੋ, ਤੁਸੀਂ ਆਪ ਲੈਕਚਰ ਜ਼ਿਆਦਾ ਦੇਣ ਲੱਗ ਜਾਂਦੇ ਹਾਂ, ਅੱਧਾ ਕੁ ਟਾਈਮ ਤਾਂ ਤੁਸੀਂ ਛੱਕ ਜਾਂਦੇ ਹਾਂ। ਇਸ ਵਾਸਤੇ ਥੋੜ੍ਹਾ ਜਿਹਾ ਨਾ ਆਏ ਹੋਏ ਮਹਾਂਪੁਰਖਾਂ ਦਾ ਖਿਆਲ ਰੱਖਿਆ ਕਰੋ। ਹੈ ਤਾਂ ਤੁਸੀਂ ਬੜੇ ਸਿਆਣੇ ਪਰ ਫਿਰ ਤੁਸੀਂ ਕਈ ਵਾਰੀ ਲੱਗ ਪੈਂਦੇ ਹਾਂ, ਇਸ ਕਰਕੇ ਫਿਰ ਨਾ ਥੋੜ੍ਹਾ ਜਿਹਾ ਸੈਕਟਰੀ ਨੂੰ ਮਰਿਆਦਾ 'ਚ ਹੀ ਚੱਲਣਾ ਚਾਹੀਦਾ। ਇੰਨੀਆਂ ਬੇਨਤੀਆਂ ਪ੍ਰਵਾਨ ਕਰਿਓ ਅਤੇ ਮਹਾਂਪੁਰਖਾਂ ਨੂੰ ਆਏ ਸੰਤਾਂ ਨੂੰ ਹਰ ਸੰਤਨ ਕਰ ਨਮੋ ਨਮੋ, ਨੌਨਿਧ ਭਾਵ ਹੈ ਅਤੁੱਲ ਸੁਖ। ਸੰਤ ਚਰਨ ਮਾਥਾ ਮੇਰੋ ਪੌਤ, ਅਨਕ ਵਾਰ ਸੰਤ ਹੈ। ਅਤੇ ਮਹਾਰਾਜ ਇਹ ਅਰਦਾਸ ਪ੍ਰਵਾਨ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਸੰਗ ਜੀ, ਸਾਨੂੰ ਬਹੁਤ ਹੀ ਸਤਿਕਾਰਯੋਗ ਸੰਤ ਬਾਬਾ ਜਗਜੀਤ ਸਿੰਘ ਜੀ